ਸਤਨਾ ਕੋਸ਼ਨ ਦੀ ਸਟੇਟਮੈਂਟ ਇਸ ਤਰ੍ਹਾਂ ਹੈ ਜੀ ਸਹੀ ਮਿਲਾਨ ਕਰੋ ਮੈਚ ਦਾ ਕਾਲਮ ਤੇ ਇਹ ਨੀਚੇ ਇਸ ਨੂੰ ਆਪਾਂ ਨੂੰ ਇੱਕ ਕਾਲਮ ਨਜ਼ਰ ਆ ਰਿਹਾ ਹੈ ਤੇ ਕਾਲਮ ਦੇ ਵਿੱਚ ਆਪਣੇ ਕੋ ਦੇਖੋ ਸੱਜੇ ਪਾਸੇ ਕੁਝ ਫਾਰਮੂਲੇ ਲਿਖੇ ਹੋਏ ਹਨ ਇਸ ਤਰਫ ਆਪਣੇ ਕੋ ਰਾਈਟ ਸਾਈਡ ਤੇ ਫਾਰਮੂਲੇ ਲਿਖੇ ਹੋਏ ਹਨ ਤੇ ਆਪਾਂ ਦੇਖਣਾ ਹੈ ਕਿ ਲੈਫਟ ਸਾਈਡ ਤੋਂ ਇਹ ਜੋ ਫਾਰਮੂਲੇ ਹਨ ਕਿਹੜਾ ਕਿਸ ਦਾ ਫਾਰਮੂਲਾ ਹੈ ਉਸ ਦੇ ਨਾਲ ਇਸ ਨੂੰ ਆਪਾਂ ਮੈਚ ਕਰਨਾ ਹੈ ਤੇ ਇਹ ਜੋ ਉਸ ਨੂੰ ਆਪਣੇ ਕੋ ਫਾਰਮੂਲਿਆਂ ਦੇ ਵਿੱਚ ਜਿਹੜੀ ਜਿਹੜੀ ਫਿਗਰ ਆਪਣੇ ਕੋ ਯੂਜ਼ ਹੋਣੀ ਹੈ ਜਿਹੜੀ ਫਿਗਰ ਦੇ ਰਿਲੇਟਡ ਫਾਰਮੂਲੇ ਦਿੱਤੇ ਹੋਏ ਹਨ ਉਹ ਦੇਖੋ ਰਾਈਟ ਸਾਈਡ ਤੇ ਇਹ ਸੱਜੇ ਪਾਸੇ ਮੈਂ ਤਿੰਨੋ ਹੀ ਫਿਗਰਸ ਨੂੰ ਤੁਹਾਡੇ ਲਈ ਡਰਾ ਕਰ ਦਿੱਤਾ ਹੈ ਤਾਂ ਕਿ ਕੋਈ ਦਿੱਕਤ ਨਾ ਆਵੇ ਕਿ ਕਿਹੜੀ ਫਿਗਰ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਉਸ ਨੂੰ ਇਹਨਾਂ ਨੂੰ ਮੈਚ ਕਰਦੇ ਹਾਂ ਇਸ ਦਾ ਕਾਲਮ ਦਾ ਜੋ ਕੁਐਸਚਨ ਹੈ ਉਹ 4 ਨੰਬਰ ਦੇ ਵਿੱਚ ਸ਼ੋਰ ਹੈ ਕਿ ਪੇਪਰ ਦੇ ਵਿੱਚ ਜੋ ਫਾਈਨਲ ਪੇਪਰ ਅਨਾਉਂਸ ਦੇ ਵਿੱਚ ਜਰੂਰ ਆਉਂਗਾ ਹੈ ਤੇ ਆਪਾਂ ਹੁਣ ਆਪਾਂ ਮੈਚਿੰਗ ਕਰਦੇ ਹਾਂ ਕਿ ਕਿਹੜਾ ਕਿਸ ਦੇ ਨਾਲ ਫਾਰਮੂਲਾ ਮੈਚ ਕਰ ਰਿਹਾ ਹੈ ਤੇ ਸ਼ੰਕੂ ਦਾ ਆਇਤਨ volume of cone ਤੇ ਇਹ ਤੁਹਾਨੂੰ ਉਸ ਨੂੰ ਕੋਨ ਦੀ ਸ਼ੇਪ ਨਜ਼ਰ ਆ ਰਹੀ ਹੈ ਰਾਈਟ ਸਾਈਡ ਤੇ ਸੱਜੇ ਪਾਸੇ ਆਪਾਂ ਸ਼ੰਕੂ ਦਾ ਆਇਤਨ ਦੇਖਣਾ ਹੈ volume of cone ਤੇ ਇਸ ਦਾ ਆਪਣੇ ਕੋਲ ਫਾਰਮੂਲਾ ਹੁੰਦਾ ਹੈ ਜੀ 1/3 π r² h ਤੇ ਇਹ ਦੇਖੋ ਕਿਸ ਦੇ ਨਾਲ ਮੈਚ ਹੋ ਜਾਏਗਾ ਜੀ ਇਹ ਆਪਣੇ ਕੋਲ ਇਸ ਦੇ ਨਾਲ ਮੈਚ ਹੋ ਜਾਏਗਾ ਦੂਸਰਾ ਆਪਣੇ ਕੋਲ ਹੈ ਜੀ ਵੇਲਣ ਦਾ ਆਇਤਨ a ਸਿਲੰਡਰ ਜਿਸ ਨੂੰ ਆਪਾਂ ਕਹਿ ਦਿੰਦੇ ਹਨ ਵੇਲਣ ਦੀ ਤੁਹਾਨੂੰ ਫਿਗਰ ਨਜ਼ਰ ਆ ਰਹੀ ਹੈ ਜੀ ਇੱਥੇ ਤੇ ਵੇਲਣ ਦਾ ਇਸ ਨੂੰ ਆਇਤਨ ਦਾ ਫਾਰਮੂਲਾ ਹੁੰਦਾ ਹੈ ਜੀ πr²h ਤੇ a ਇਸ ਨੂੰ ਆਪਣੇ ਕੋਲ ਮੈਚ ਕਰ ਜਾਏਗਾ ਇਸ ਦੇ ਨਾਲ ਇਸੇ ਤਰ੍ਹਾਂ نیچے ਹੈ ਜੀ ਆਪਣੇ ਅਰਧ ਗੋਲੇ ਦਾ ਆਇਤਨ ਤੇ ਇਸ ਨੂੰ ਤੁਹਾਨੂੰ ਅਰਧ ਗੋਲਾ ਵੀ ਨਜ਼ਰ ਆ ਰਿਹਾ ਹੈ ਅੱਧਾ ਗੋਲਾ ਇਸ ਦਾ ਆਇਤਨ ਕੀ ਹੁੰਦਾ ਹੈ ਵੋਲਿਊਮ ਆਫ ਹੈਮਿਸਫੀਅਰ ਕੀ ਹੁੰਦਾ ਹੈ ਜੀ ਉਹ ਹੁੰਦਾ ਹੈ ਜੀ 2/3 πr ਦੀ ਘਾਤ 3 ਤੇ ਹੁਣ ਲਾਸਟ ਵਸਤੂ ਆਪਣੇ ਕੋ ਬਚ ਗਿਆ ਹੈ ਜੀ ਵੇਲਨ ਦੀ ਬਕਰ ਸਤਾ ਖੇਤਰਫਲ ਜਾਂ ਉਸ ਨੂੰ ਇੰਗਲਿਸ਼ ਵਿੱਚ ਕਹਿੰਦੇ ਹਨ ਕਰਵਡ ਸਰਫੇਸ ਏਰੀਆ ਆਫ ਸਿਲੰਡਰ ਸਿਲੰਡਰ ਦਾ ਹੀ ਇਹ ਕੁਸ਼ਨ ਆ ਗਿਆ ਆਪਣੇ ਕੋ ਸਿਲੰਡਰ ਦੀ ਆਪਾਂ ਕਰਵ ਸਰਫੇਸ ਏਰੀਆ ਪਤਾ ਕਰਨਾ ਹੈ ਵੇਲਨ ਦੀ ਬਕਰ ਸਤਾ ਖੇਤਰਫਲ ਤੇ ਉਸ ਦਾ ਫਾਰਮੂਲਾ ਸਾਨੂੰ ਆਪਣੇ ਕੋ ਹੁੰਦਾ ਹੈ ਜੀ 2 पाई आर एच